ਹਾਂਜੀ ਸੋ ਵਕਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਵਿੱਚ ਅੱਜ ਦੀ ਜਾਣਕਾਰੀ ਹੈ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਸੰਬੰਧੀ ਆਖਰੀ ਪ੍ਰੀਖਿਆਵਾਂ ਮੈਜੂ ਕਦੋਂ ਹੋਣਗੀਆਂ ਕਿਹੜੇ ਮਹੀਨੇ ਵਿੱਚ ਹੈ ਜੋ ਯੂਨੀਵਰਸਿਟੀ ਹੈ ਜਿਹੜੀ ਇਹ ਪ੍ਰੀਖਿਆਵਾਂ ਲੈ ਸਕਦੀ ਹੈ ਇਹਦੇ ਨਾਲ ਸੰਬੰਧਤ ਤੁਹਾਨੂੰ ਇੱਕ ਅਸੀਂ ਖਬਰ ਵੀ ਵਿਖਾਵਾਂਗੇ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਚਾਵੇ ਪੀਯੂ ਯੂਨੀਵਰਸਿਟੀ ਹੋਵੇ ਚਾਹੇ ਜੀਐਨਡੀਯੂ ਹੋਵੇ ਜਾਂ ਕੋਈ ਵੀ ਯੂਨੀਵਰਸਿਟੀ ਹੈ ਜਦੋਂ ਵੀ ਇਗਜ਼ਾਮ ਲੈਣਗੇ ਤਾਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਹੀ ਲੈ ਜਾਣਗੇ ਤਾਂ ਤਾਹੌਨ ਮੂਸੇ ਪਹਿਲਾਂ ਉਹ ਖਬਰ ਦਿਖਾ ਦਿੰਨੇ ਆ ਜਿਹੜੀ ਐਗਜ਼ਾਮ ਨਾਲ ਰਿਲੇਟਡ ਹੈ ਤਾਂ ਜਿਹੜੀ ਇਹ ਖਬਰ ਹੈ ਇਹ ਹਿੰਦੀ ਚ ਹੈ ਅਤੇ ਜੈਪੁਰ ਦੀ ਹੈ ਇਹਨਾਂ ਨੇ ਲਿਖਿਆ ਵੀ ਯੂਨੀਵਰਸਿਟੀ ਕਈ ਪ੍ਰੀਖਿਆਵਾਂ ਜੂਨ ਦੇ ਪਹਿਲੇ ਹਫਤੇ ਮੇ ਸੰਭਵ ਨਹੀਂ ਅ 15 ਜੁਲਾਈ ਕੇ ਬਾਅਦ ਕਾ ਸੁਝਾਅ ਜਿਵੇਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਕਿ ਜੁਲਾਈ ਦੇ ਵਿੱਚ ਹੈ ਜਿਹੜੀਆਂ ਯੂਨੀਵਰਸਿਟੀ ਹੈ ਓਪਣੀਆਂ ਪ੍ਰੀਖਿਆਵਾਂ ਲੈ ਸਕਦੀ ਹੈ ਤਾਂ ਜੇਕਰ ਜੈਪੁਰ ਵਿੱਚ ਵੀ ਇਹ 15 ਜੁਲਾਈ ਤੋਂ ਬਾਅਦ ਪ੍ਰੀਖਿਆਵਾਂ ਲੈਣਗੇ ਤਾਂ ਹੋ ਸਕਦਾ ਆਪਣੀ ਸਟੇਟ ਵਿੱਚ ਵੀ ਇਹ ਲਈਆਂ ਜਾਣ ਫਿਲਹਾਲ ਕਰੋਨਾ ਵਾਇਰਸ ਕਰਕੇ ਹੈ ਜੋ ਸਭ ਕੁਝ ਬੰਦ ਹੈ ਅਸੀਂ ਤੁਹਾਡੇ ਨਾਲ ਜਾਣਕਾਰੀ ਇਹ ਵੀ ਸ਼ੇਅਰ ਕੀਤੀ ਸੀ ਜੇਕਰ ਹਾਲਾਤ ਸੁਧਰ ਜਾਂਦੇ ਨੇ ਤਾਂ ਜੁਲਾਈ ਵਿੱਚ 100% ਇਹ ਜੋ ਪ੍ਰੀਖਿਆਵਾਂ ਲੀਆਂ ਜਾਣਗੀਆਂ ਚਾਹੇ ਉਹ ਬੀਏ ਸੈਕੰਡ ইয়ার ਹੈ ਵੀ ਫਾਈਨਲ ਹੈ ਜੋ ਵੀ ਕੋਰਸ ਨਾਲ ਸੰਬੰਧਿਤ ਹੈ ਚਾਹੇ ਉਹ ਐਡੀਸ਼ਨਲ ਸਬਜੈਕਟ ਨੇ ਚਾਹੇ ਰੀਪੀਅਰ ਨੇ ਜੁਲਾਈ ਦੇ ਵਿੱਚ ਉਹਨਾਂ ਦੇ ਪੇਪਰ ਹੈ ਜੋ ਲੈ ਜਾਣਗੇ ਅਗਰ ਹਾਲਾਤ ਨਹੀਂ ਸੁਧਰਦੇ ਵਾਇਰਸ ਹੈ ਦੋ ਜਿਆਦਾ ਵੱਧ ਜਾਂਦਾ ਹੈ ਤਾਂ ਅਸੀਂ ਦੱਸਿਆ ਸੀਗਾ ਕਿ ਜੋ ਤੁਸੀਂ ਪਿਛਲੇ ਸਮੈਸਟਰ ਵਿੱਚ ਪੇਪਰ ਦਿੱਤੇ ਸੀ ਤਾਂ ਉਸ ਦੇ ਹਿਸਾਬ ਨਾਲ ਤੁਹਾਡੇ ਮਾਰਕਸ ਲਗਾਏ ਜਾਣਗੇ ਜੋ ਵੀ ਤੁਹਾਡੀ ਅਸੈਸਮੈਂਟ ਸੀ ਐਕਸਟਰਨਲ ਸੀ ਉਹ ਵੀ ਪਿਛਲੇ ਸਮੈਸਟਰ ਦੇ ਹਿਸਾਬ ਦੇ ਨਾਲ ਲਗਾ ਦਿੱਤੀ ਜਾਏਗੀ ਤਾਂ ਜੈਪੁਰ ਦੇ ਵਿੱਚ ਵੀ ਹੈ ਜੋ ਇਹ ਪ੍ਰੀਖਿਆਵਾਂ ਨਾਲ ਸੰਬੰਧੀ ਵਿਚਾਰ ਚਰਚਾ ਚੱਲ ਰਹੀ ਹੈ ਵੀ ਕਦੋਂ ਹੈ ਜੋ ਯੂਨੀਵਰਸਿਟੀਆ ਦੇ ਵਿੱਚ ਪ੍ਰੀਖਿਆਵਾਂ ਮ ਲੀਆਂ ਜਾਣ ਇਨਾਂ ਨੇ ਵੀ ਹੈ ਜੋ 15 ਜੁਲਾਈ ਤੋਂ ਬਾਅਦ ਪ੍ਰੀਖਿਆਵਾਂ ਬਾਰੇ ਇਹ ਗੱਲ ਕਹੀ ਹੈ ਸੁਝਾ ਦਿੱਤਾਗਾ ਰਾਜਪਾਲ ਦਾ ਰਾਜਪਾਲ ਨਾਲ ਇਹ ਜਿਹਨਾਂ ਨੂੰ ਗੱਲ ਚੱਲ ਰਹੀ ਹੈ ਤਾਂ ਅੱਗੇ ਜੋ ਵੀ ਇਹਨਾਂ ਪ੍ਰੀਖਿਆਵਾਂ ਨਾਲ ਸੰਬੰਧਿਤ ਅਪਡੇਟ ਜਾਣਕਾਰੀ ਆਏਗੀ ਅਸੀਂ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਤੁਹਾਨੂੰ ਇਸੇ ਤਰ੍ਹਾਂ ਵੀਡੀਓ ਦੀ ਅਪਡੇਟ ਨੋਟੀਫਿਕੇਸ਼ਨ ਹੈ ਜੋ ਮਿਲਦਾ ਰਹੇ ਧੰਨਵਾਦ ਜੀ